ਸਤਿ ਸ੍ਰੀ ਅਕਾਲ ਜੀ ਸਾਰਿਆਂ ਮੇਰਿਆਂ ਵੀਰਾਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਆ ਮੇਰੀ ਨਵੀਂ ਵੀਡੀਓ ਦੇ ਵਿੱਚ। ਅਤੇ ਇਹ ਜਿਹੜੀ ਵੀਡੀਓ ਆ ਆਪਾਂ ਖਾਸ ਕਰਕੇ ਹਰ ਵਾਰੀ ਪਾਉਂਦੇ ਹਾਂ ਆਪਣੇ ਮੈਚ ਸ਼ਡਿਊਲ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਅਤੇ ਸਾਰਿਆਂ ਨੂੰ ਇਹਦੀ ਵੀਡੀਓ ਦੀ ਬੇਸਬਰੀ ਨਾਲ ਵੇਟ ਹੁੰਦੀ ਆ ਵੀ ਸਾਨੂੰ ਸਾਰੇ ਮੈਸੇਜ ਕਰਦੇ ਰਹਿੰਦੇ ਆ ਵੀ ਸਾਨੂੰ ਆਪਣੇ ਆਉਣ ਵਾਲੇ ਮੈਚਾਂ ਦੀ ਅਪਡੇਟ ਜ਼ਰੂਰ ਦਿਆ ਕਰੋ, ਆਉਣ ਵਾਲੇ ਮੈਚ ਤੁਹਾਡੇ ਕਦੋਂ ਅਤੇ ਕਿੱਥੇ ਆ ਸਾਨੂੰ ਜ਼ਰੂਰ ਦੱਸਿਆ ਕਰੋ। ਇਹ ਜਿਹੜੀ ਅੱਜ ਵਾਲਾ ਵਲੋਗ ਆ ਆਪਣਾ, ਜਿਹੜੀ ਵੀਡੀਓ ਆਪਾਂ ਪਾ ਰਹੇ ਹਾਂ ਉਹ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗੇ ਵੀ ਜਿਹੜੇ ਆਉਣ ਵਾਲੇ ਮੈਚ ਆ ਆਪਾਂ ਕਿੱਥੇ ਖੇਡੇ ਹਾਂ ਅਤੇ ਕਿੰਨੀ ਤਰੀਕ ਨੂੰ ਮੈਚ ਆ ਅਤੇ ਕਿਹਦੇ ਕਿਹਦੇ ਨਾਲ ਮੈਚ ਆ ਆਪਾਂ ਤੁਹਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਹਾਂ। ਅਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਆਪਣਾ ਹੁਣ ਮੈਚ ਕਿੱਥੇ ਆ। ਹਾਂਜੀ, ਅਤੇ ਆਪਣਾ ਮੈਚ ਹੈਗਾ ਜੀ ਹੁਣ ਅਗਲਾ ਜਿਹੜਾ ਮੈਚ ਆ 29 ਅਗਸਤ ਨੂੰ ਆ ਪਿੰਡ ਬੀਲਾ, ਅਤੇ ਸ਼ੋਅ ਮੈਚ ਆ ਆਪਣਾ ਗੋਭੀ ਦੀ ਟੀਮ ਦੇ ਨਾਲ, ਪਰਸੋਂ ਮੈਚ ਆਪਣਾ ਇਹ। ਅਤੇ ਇਹ ਵੀ ਬਹੁਤ ਵਧੀਆ ਮੈਚ ਹੋਣਾ ਆਪਣੀ ਟੀਮ ਦਾ। ਅਤੇ 29 ਅਗਸਤ ਨੂੰ ਮੈਚ ਹੈ ਜੀ ਬੀਲਾ, ਇਹ ਨੇੜੇ ਹੈਗਾ ਜੀ ਆਪਣਾ ਗੋਭੀ ਤੇਜਾ ਸਿੰਘ ਵਾਲੇ ਪਿੰਡ ਦੇ ਲਾਗੇ ਮੈਚ ਆ ਇਹ। ਉਸ ਤੋਂ ਬਾਅਦ ਮੈਚ ਆਪਣਾ ਹੈਗਾ ਜੀ 30 ਅਗਸਤ ਨੂੰ ਪਿੰਡ ਚਠੌਲ, ਸਾਰੇ ਤਾਂ ਵੀ ਜਾਣਦੇ ਨੇ ਮੁੰਡਾ ਗੋਭੀ ਚਠੌਲ ਵਾਲਾ ਜਾਫੀ ਖੇਡਦਾ ਹੈ, ਅਤੇ ਉਹਦੇ ਨਾਲ ਆਪਣਾ ਮੈਚ ਆ ਜੀ 30 ਅਗਸਤ ਨੂੰ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 31 ਅਗਸਤ ਨੂੰ, ਇਹ ਜਿਹੜਾ ਮੈਚ ਹੈਗਾ ਜੀ ਆਪਣਾ ਹਰੀਕੇ ਲਾਗੇ ਪਿੰਡ ਆ ਗੱਟੀ, ਉੱਥੇ ਮੈਚ ਆ ਸ਼ੋਅ ਮੈਚ। ਇਹ ਆਪਣਾ ਮੈਚ ਜਿਹੜਾ ਹੈਗਾ ਜੀ ਵੇ ਆਫ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਦੇ ਨਾਲ। ਉਸ ਤੋਂ ਬਾਅਦ ਜਿਹੜਾ ਆਪਣਾ ਅਗਲਾ ਮੈਚ ਹੈਗਾ ਜੀ 1 ਸਤੰਬਰ ਨੂੰ ਪਿੰਡ ਬਲੇਰ, ਬਲੇਰ ਮੈਚ ਆਪਣਾ 1 ਸਤੰਬਰ ਨੂੰ, ਅਤੇ ਇਹ ਵੀ ਆਪਣਾ ਮੈਚ ਗੋਪੀ ਫੰਦੀਪੁਰ ਦੀ ਟੀਮ ਦੇ ਨਾਲ ਹੀ ਆ, ਅਤੇ ਇਹ ਵੀ ਬਹੁਤ ਵੱਡਾ ਮੈਚ ਸ਼ੋਅ ਮੈਚ ਹੋਊਗਾ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 2 ਸਤੰਬਰ ਨੂੰ ਪਿੰਡ ਜਹਾਂਗੀਰ ਨੇੜੇ ਵੇਰਕਾ ਅੰਮ੍ਰਿਤਸਰ, ਇੱਥੇ ਵੀ ਆਪਣਾ ਗੋਪੀ ਫੰਦੀਪੁਰ ਦੀ ਟੀਮ ਦੇ ਨਾਲ ਹੀ ਮੈਚ ਆ, ਅਤੇ ਇਹ ਵੀ ਮੈਚ ਕਾਫੀ ਤਕੜਾ ਹੋਊਗਾ। ਸਾਰੇ ਜ਼ਰੂਰ ਪਹੁੰਚਿਓ, ਜਿਹੜੇ ਵੀ ਲਾਗੇ ਲਾਗੇ ਏਰੀਏ ਦੇ ਲੋਕਲ ਮੇਰੇ ਵੀਰ ਆ ਸਾਰੇ ਜ਼ਰੂਰ ਪਹੁੰਚਿਓ। 2 ਸਤੰਬਰ ਤੋਂ ਬਾਅਦ ਮੈਚ ਹੈਗਾ ਜੀ ਆਪਣਾ 5 ਸਤੰਬਰ ਨੂੰ ਪਿੰਡ ਠੱਠੀਆਂ ਮਹੰਤਾ, ਇਹ ਆਪਣੇ ਲਾਗੇ ਹੀ ਆ ਪਿੰਡ ਦੇ, ਸਾਰਿਆਂ ਨੂੰ ਪਤਾ ਹੀ ਹੋਣਾ ਠੱਠੀਆਂ ਮਹੰਤਾ ਦੁਸ਼ਹਿਰੇ ਦੇ ਲਾਗੇ ਮੇਨ ਰੋਡ ਜਿਹੜਾ ਅੰਮ੍ਰਿਤਸਰ ਨੂੰ ਜਾਂਦਾ ਉਹਦੇ ਉੱਪਰ ਹੀ ਪਿੰਡ ਆ, ਉੱਥੇ ਮੈਚ ਆਪਣਾ ਜੀ। ਇਹ ਵੀ ਆਪਣਾ ਮੈਚ ਗੋਪੀ ਫੰਦੀਪੁਰ ਦੀ ਟੀਮ ਦੇ ਨਾਲ ਹੀ ਆ, ਇਹ ਵੀ ਬਹੁਤ ਵੱਡਾ ਸ਼ੋਅ ਮੈਚ ਹੋਣਾ। ਅਤੇ ਸਾਰੇ ਆਪਣੇ ਏਰੀਏ ਦੇ ਸਾਰੇ ਮੇਰੇ ਵੀ ਜ਼ਰੂਰ ਪਹੁੰਚਿਓ ਜੀ, ਰੌਣਕਾਂ 'ਚ ਵਾਧਾ ਕਰਿਓ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 6 ਸਤੰਬਰ ਨੂੰ ਪਿੰਡ ਮਾੜੀ ਕੰਬੋਗੇ, ਇਹ ਵੀ ਆਪਣਾ ਮੈਚ ਗੋਪੀ ਫਰੰਦੀਪੁਰ ਦੀ ਟੀਮ ਦੇ ਨਾਲ ਹੀ ਆ। ਜ਼ਿਆਦਾਤਰ ਮੈਚ ਜਿਹੜੇ ਆਪਣੇ ਫਰੰਦੀਪੁਰ ਦੀ ਟੀਮ ਦੇ ਨਾਲ ਹੀ ਹੁੰਦੇ ਆ, ਚੋਹਲਾ ਸਾਹਿਬ ਵਰਸਿਸ ਫਰੰਦੀਪੁਰ ਦੇ ਮੈਚ ਹੁੰਦੇ ਆ। ਤੁਸੀਂ ਸਾਰੇ ਲਾਈਕ ਵੀ ਬਹੁਤ ਕਰਦੇ ਹੋ, ਬਹੁਤ ਪਿਆਰ ਦਿੰਦੇ ਹੋ, ਅਤੇ ਇਸ ਕਰਕੇ ਸਾਰੇ ਜਿਹੜੇ ਮੈਚ ਆਪਣੀਆਂ ਇਹ ਟੀਮਾਂ ਦੇ ਹੀ ਹੋ ਰਹੇ ਆ, ਅਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਮੈਚ ਆਉਂਦੇ ਰਹਿਣ ਅਤੇ ਅਸੀਂ ਤੁਹਾਡਾ ਵੀ ਮਨੋਰੰਜਨ ਕਰਾਉਂਦੇ ਰਹੀਏ। ਆਪਣਾ ਜਿਹੜਾ ਮੈਚ ਆ ਜੀ 6 ਸਤੰਬਰ ਨੂੰ ਪਿੰਡ ਮਾੜੀ ਕੰਬੋਗੇ, ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 7 ਸਤੰਬਰ ਨੂੰ ਪਿੰਡ ਵਰਪਾਲ ਅੰਮ੍ਰਿਤਸਰ ਲਾਗੇ ਸ਼ੋਅ ਮੈਚ, ਇਹ ਵੀ ਆਪਣਾ ਮੈਚ ਗੋਪੀ ਫਰੰਦੀਪੁਰ ਦੀ ਟੀਮ ਦੇ ਨਾਲ ਹੀ ਆ। ਸਾਰੇ ਮੈਚ ਆਪਣੇ ਜ਼ਿਆਦਾਤਰ ਉਹਨਾਂ ਨੇ ਆ ਫਰੰਦੀਪੁਰ ਦੀ ਟੀਮ ਦੇ ਨਾਲ, 7 ਸਤੰਬਰ ਨੂੰ ਪਿੰਡ ਵਰਪਾਲ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ ਆਪਣਾ ਛੋਟਾ ਵੀਰ ਗੁਲਜਾਰੀ ਉਹਦੇ ਪਿੰਡ ਮੈਚ ਆ ਜੀ 9 ਸਤੰਬਰ ਨੂੰ ਚੱਕ ਸਿਕੰਦਰ, ਅਤੇ ਇਹ ਵੀ ਮੈਚ ਆਪਣਾ ਫਰੰਦੀਪੁਰ ਦੀ ਟੀਮ ਦੇ ਨਾਲ ਹੀ ਹੋਊਗਾ ਸ਼ੋਅ ਮੈਚ, ਅਤੇ ਇੱਥੇ ਵੀ ਕਾਫੀ ਨਾਮਵਰ ਪਲੇਅਰ ਪਹੁੰਚ ਰਹੇ ਆ। 9 ਸਤੰਬਰ ਨੂੰ ਪਿੰਡ ਚੱਕ ਸਿਕੰਦਰ ਸੁਰ ਸਿੰਘ ਲਾਗੇ, ਅਤੇ ਸਾਰੇ ਜ਼ਰੂਰ ਪਹੁੰਚਿਓ ਜਿਹੜੇ ਉੱਥੋਂ ਦੇ ਲਾਗੇ ਲਾਗੇ ਏਰੀਏ ਦੇ ਆ ਮੇਰੇ ਵੀਰ ਆ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 10 ਸਤੰਬਰ ਨੂੰ, ਇੱਥੇ ਆਪਣਾ ਜਿਹੜੀ 4 ਆਲ ਓਵਰ ਟੀਮਾਂ ਦੇ ਮੈਚ ਆ 4 ਕਲਬਾਂ ਦੇ, ਠੱਠਾ ਪਿੰਡ ਆ ਜੀ, ਅਤੇ ਇੱਥੇ ਵੀ 4 ਨਾਮਵਰ ਕਲਬਾਂ ਪਹੁੰਚ ਰਹੀਆਂ, ਸਾਰੇ ਜ਼ਰੂਰ ਪਹੁੰਚਿਓ 10 ਸਤੰਬਰ ਪਿੰਡ ਠੱਠਾ। ਉਸ ਤੋਂ ਜਿਹੜਾ ਅਗਲਾ ਮੈਚ ਆ ਜੀ ਉਹ ਹੈਗਾ ਜੀ ਆਪਣਾ 11 ਸਤੰਬਰ ਨੂੰ ਮਾੜੀ ਕੰਬੋਗੇ, ਫਿਰ 5 ਦਿਨਾਂ ਬਾਅਦ ਫਿਰ ਉਸੇ ਪਿੰਡ ਮੈਚ ਆ, ਇੱਕ ਆਪਾਂ 6 ਨੂੰ ਖੇਡਣਾ, ਮਾੜੀ ਕੰਬੋਗੇ, ਹਾਂ ਇੱਕ ਮਾੜੀ ਕੰਬੋਗੇ 6 ਸਤੰਬਰ ਨੂੰ ਮੈਚ ਆ, ਅਤੇ ਇੱਕ 11 ਸਤੰਬਰ ਨੂੰ ਮੈਚ ਆ, 4-5 ਦਿਨ ਦੇ ਫਰਕ ਦੇ ਵਿੱਚ। ਅਤੇ ਇਹ ਵੀ ਆਪਣਾ ਮੈਚ ਜਿਹੜਾ ਫਰੰਦੀਪੁਰ ਦੀ ਟੀਮ ਦੇ ਨਾਲ ਆ, ਇਹ ਵੀ ਮੈਚ ਤਗੜਾ ਹੋਊਗਾ, ਸਾਰੇ ਜ਼ਰੂਰ ਪਹੁੰਚਿਓ। 2 ਮੈਚ ਆ ਆਪਣੇ 5 ਦਿਨ ਦੇ ਗੈਪ 'ਤੇ ਮਾੜੀ ਕੰਬੋਗੇ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 15 ਸਤੰਬਰ ਨੂੰ, ਇੱਕ 14 ਸਤੰਬਰ ਨੂੰ ਮੈਚ ਲਿਖਿਆ ਹੈਗਾ ਪਰ ਉਹਦਾ ਅਜੇ ਪਿੰਡ ਦਾ ਨਾਂ ਨਹੀਂ ਲਿਖਿਆ, ਕਲੀਅਰ ਨਹੀਂ ਹੈ। ਅਤੇ 15 ਸਤੰਬਰ ਨੂੰ ਮੈਚ ਹੈ ਇੱਕ ਜੀ ਖਡੂਰ ਸਾਹਿਬ ਆਲ ਓਪਨ, 4 ਕਲੱਬਾਂ ਦੇ ਮੈਚ ਆ ਆਪਣੇ ਲਾਗੇ ਹੀ, ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੀ ਧਰਤੀ ਮਲ ਅਖਾੜਾ ਜਿੱਥੇ ਆ, ਅਤੇ ਸਾਰੇ ਉੱਥੇ ਵੀ ਜ਼ਰੂਰ ਪਹੁੰਚਿਓ, ਕਲੱਬਾਂ ਦੇ ਮੈਚ ਆ 15 ਸਤੰਬਰ ਨੂੰ। ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 16 ਸਤੰਬਰ ਨੂੰ ਪਿੰਡ ਹੈਗਾ ਜੀ ਮੁਗਲ ਚੱਕ, ਇੱਥੇ ਆਪਣਾ ਮੈਚ ਮਾਝਾ ਘਰਾਲ ਦੀ ਟੀਮ ਦੇ ਨਾਲ ਆ ਜਸਿੰਦਰ ਕਲਸੀ ਨਾਲ, ਮੁਗਲ ਚੱਕ 16 ਸਤੰਬਰ ਨੂੰ। ਅਤੇ ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 19 ਸਤੰਬਰ ਨੂੰ, ਇਹ ਆਪਣਾ ਮੈਚ ਹੈਗਾ ਜੀ ਗੱਗੜ ਭਾਣੇ,
ਆਪਣੀ ਮਾਸੀ ਆ ਉੱਥੇ ਤੇ ਰਿਸ਼ਤੇਦਾਰੀ ਵੀ ਆਪਣੀ ਤੇ ਇੱਥੇ ਆਪਾਂ ਖੇਡਾਂਗੇ ਭਗਵਾਨਪੁਰ ਦੀ ਜੀਂਦ ਦੇ ਵਿੱਚ ਤੇ ਗੱਗੜ ਭਾਣੇ ਮੈਚ ਆ ਜੀ 19 ਸਤੰਬਰ ਨੂੰ ਜਿੱਥੇ 4 ਆਲ ਓਪਨ ਟੀਮਾਂ ਦੇ ਮੈਚ ਆ ਕਾਫੀ ਵੱਡਾ ਬਜਟ ਆ ਤੇ ਪ੍ਰਾਈਜ਼ ਵੀ ਕਾਫੀ ਵਧੀਆ ਤੇ ਬਹੁਤ ਨਾਮਰ ਪਲੇਅਰ ਪਹੁੰਚ ਰਹੇ ਆਪਣੀ ਭਗਵਾਨਪੁਰ ਦੀ ਟੀਮ ਸਾਰੀ ਪਹੁੰਚ ਰਹੀ ਆ ਉੱਥੇ ਤੇ ਆਪਣੀ ਮਾਸੀ ਦਾ ਪਿੰਡ ਆ ਜੀ ਲਾਵਾਂਗੇ ਰੌਣਕਾਂ ਤੇ ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 21 ਸਤੰਬਰ ਨੂੰ ਮੈਚ ਹੈਗਾ ਜੀ ਆਪਣਾ ਕੋਟ ਧਰਮਚੰਦ ਸ਼ੋਰ ਮੈਚ ਆ ਕੋਟ ਧਰਮਚੰਦ ਤੇ ਇੱਥੇ ਪਹਿਲਾਂ ਆਪਾਂ ਕਾਫੀ ਮੈਚ ਖੇਡੇ ਆ ਇੱਥੇ ਵੀ ਆਪਣਾ ਮੈਚ ਕਾਫੀ ਤਕੜਾ ਹੋਣਾ 21 ਸਤੰਬਰ ਨੂੰ ਪਿੰਡ ਕੋਟ ਧਰਮਚੰਦ ਉਸ ਤੋਂ ਬਾਅਦ ਜਿਹੜਾ ਆਪਣਾ ਜੀ ਅਗਲਾ ਮੈਚ ਹੈਗਾ ਜੀ 24 ਸਤੰਬਰ ਨੂੰ ਮੈਚ ਹੈਗਾ ਜੀ MA ਇਹ ਵੀ ਗੋਪੀ ਪੰਦਰ ਉੱਪਰ ਦੀ ਟੀਮ ਦੇ ਨਾਲ ਆ MA ਪਿੰਡ ਆ 24 ਸਤੰਬਰ ਨੂੰ ਮੈਚ ਆਪਣਾ ਉਸ ਤੋਂ ਬਾਅਦ ਹੈਗਾ ਜੀ ਆਪਣਾ ਵੀਰ ਗਰਲਾਲ ਸੋਲਾਂ ਵਾਲਾ ਅਸੀਂ ਜਾਣਦੇ ਹਾਂ ਜਿਹਨੂੰ ਸੁਖਮਨ ਆਉਂਦੇ ਆ ਦੂਸਰਾ ਅਤੇ ਆਪਣਾ ਵੀ ਫੈਮਿਲੀ ਰਿਲੇਸ਼ਨ ਉਹਨਾਂ ਨਾਲ ਕਾਫੀ ਪਿਆਰ ਆ ਪਰਿਵਾਰ ਦੇ ਨਾਲ ਅਤੇ ਆਪਣਾ ਉੱਥੇ ਮੈਚ ਆ ਜੀ 26 ਸਤੰਬਰ ਨੂੰ 4 ਆਲ ਓਪਨ ਟੀਮਾਂ ਦੇ ਮੈਚ ਆ ਕਲੱਬਾਂ ਦੇ ਸਾਰੇ ਜ਼ਰੂਰ ਪਹੁੰਚਿਓ ਭਰਾ ਦੇ ਪਿੰਡ ਰੌਣਕਾਂ ਲਾਵਾਂਗੇ ਤੁਸੀਂ ਵੀ ਰੌਣਕਾਂ 'ਚ ਵਾਧਾ ਕਰਿਓ ਤੁਹਾਡਾ ਮਨੋਰੰਜਨ ਕਰਾਵਾਂਗੇ 26 ਸਤੰਬਰ ਨੂੰ 16 ਚਬਾਲ ਲੱਗੇ ਅਤੇ ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 29 ਸਤੰਬਰ ਨੂੰ ਇਹ ਹੈਗਾ ਜੀ ਜਵੰਦਪੁਰ 6 ਕਲੱਬਾਂ ਦੇ ਮੈਚ ਆ ਜਵੰਦਪੁਰ 29 ਸਤੰਬਰ ਨੂੰ ਇੱਥੇ ਪਿਛਲੀ ਵਾਰੀ ਵੀ ਸ਼ਾਇਦ ਖੇਡੇ ਹਾਂ ਫਸਟ ਟਾਈਮ ਹੀ ਸ਼ਾਇਦ ਅਤੇ ਇਹ ਵੀ ਮੈਚ ਕਾਫੀ ਵਧੀਆ ਹੋਣੇ ਆ ਹੁਣ ਆਪਣੇ ਤੋਂ ਗਾੜੀ ਜਿਹੜੇ ਮੈਚ ਸ਼ੋ ਮੈਚ ਘੱਟ ਗਏ ਹੁਣ ਆਪਣੇ ਤੋਂ ਆਲ ਓਪਨ ਦੇ ਮੈਚ ਸ਼ੁਰੂ ਹੋ ਜਾਣੇ ਆ ਅਤੇ ਆਲ ਓਪਨ ਦੇ ਮੈਚ ਆਪਣੇ ਤੋਂ ਹੁਣ ਜ਼ਿਆਦਾ ਵਾ ਗਾੜੀ ਜਵੰਦਪੁਰ ਮੈਚ ਆ 6 ਕਲੱਬਾਂ ਦੇ 29 ਸਤੰਬਰ ਨੂੰ ਉਸ ਤੋਂ ਬਾਅਦ ਜਿਹੜਾ ਮੈਚ ਆ ਜੀ ਅਗਲਾ ਆਪਣਾ 30 ਸਤੰਬਰ ਨੂੰ ਇਹ ਬੜਾ ਵੱਡਾ ਮੈਚ ਆ ਜੀ ਆਪਣਾ ਆਪਣੇ ਏਰੀਏ ਦਾ ਮੈਚ ਆ ਮਰਾਣੇ ਲਾਗੇ ਪਿੰਡ ਆ ਜੀ ਨੱਥੂਪੁਰ ਗੋਪੀ ਪੰਦੀ ਬੁੱਧ ਟੀਮ ਦੇ ਨਾਲ ਮੈਚ ਆਪਣਾ ਜੀ ਬਾਬਾ ਵਿਧੀ ਜੰਦੀ ਸਪੋਰਟਸ ਕਲੱਬ ਕਰੰਦੀਪੁਰ ਅਤੇ ਇੱਕ ਸਾਈਡ 'ਤੇ ਆਪਣੀ ਟੀਮ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਕਬੱਡੀ ਕਲੱਬ ਚੋਲਾ ਸਾਹਿਬ ਨੱਥੂਪੁਰ ਮਰਾਣੇ ਲਾਗੇ ਸਾਰੇ ਆਪਣੇ ਏਰੀਏ ਦੇ ਜਿਹੜੇ ਮੇਰੇ ਵੀਰ ਆ ਜ਼ਰੂਰ ਪਹੁੰਚਿਓ ਮੈਚ 'ਤੇ ਬਹੁਤ ਵੱਡਾ ਮੈਚ ਹੋਣਾ ਜੀ ਇਹ ਵੀ ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 3 ਅਕਤੂਬਰ ਨੂੰ ਇਹ ਹੈਗਾ ਜੀ ਮੰਗੂਪੁਰ ਇਹ ਆਪਣਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਚੱਲ ਜਾਣਾ ਨਹੀਂ ਹੁਸ਼ਿਆਰਪੁਰ ਨਹੀਂ ਯਾਰ ਕਿਹੜੀ ਡਿਸਟ੍ਰਿਕਟ ਦੀ ਇਹ ਦਸੂਹੇ ਵਾਲਿਆ ਸ਼ਾਇਦ ਮੈਚ ਹੁਸ਼ਿਆਰਪੁਰ ਹੀ ਪੈਂਦਾ ਸ਼ਾਇਦ ਅਤੇ ਮੰਗੂਪੁਰ ਮੈਚ ਆ ਜੀ ਆਪਣਾ 3 ਅਕਤੂਬਰ ਨੂੰ ਇਹ ਵੀ ਮੈਚ ਆਪਣਾ ਕਾਫੀ ਵੱਡਾ ਮੈਚ ਆ ਪਹਿਲਾਂ ਵੀ ਸ਼ਾਇਦ ਇੱਥੇ ਖੇਡੇ ਆਪਾਂ ਉਸ ਤੋਂ ਬਾਅਦ ਆਪਣਾ 4 ਅਕਤੂਬਰ ਨੂੰ ਮੈਚ ਆ ਜੀ ਦੰਦੂਪੁਰ ਇਹ ਆਪਾਂ ਵੇ ਆਫ ਪਲੈਂਟੀ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਖੇਡ ਰਹੇ ਹਾਂ ਮੈਚ ਆਲ ਓਪਨ ਦੇ ਮੈਚ ਆ 4 ਅਕਤੂਬਰ ਨੂੰ ਅਤੇ ਫਿਰ ਆਪਣਾ ਮੈਚ ਆਉਣਾ ਜੀ 6 ਅਕਤੂਬਰ ਨੂੰ ਆਲ ਓਪਨ ਦੇ ਮੈਚ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸੁਖਨਵਾਲ ਪਿੰਡ ਆ ਸੁਖਨਵਾਲ 6 ਅਕਤੂਬਰ ਨੂੰ ਆਲ ਓਪਨ ਦੇ ਕਲੱਬਾਂ ਦੇ ਮੈਚ ਆ ਇਹ ਵੀ ਮੈਚ ਕਾਫੀ ਤਕੜਾ ਨਹੀਂ ਕਪੂਰਥਲੇ ਜੀ ਨਹੀਂ ਕਪੂਰਥਲਾ ਨਹੀਂ ਆ ਉਹ ਇੱਧਰ ਆ ਨਵੇਂ ਸ਼ਹਿਰ ਵਾਲਾ ਕਲੀਅਰ ਪਤਾ ਹੋਣੀ ਸਾਨੂੰ ਚਲੋ ਸੋਰੀ ਮਿਸਟੇਕ ਹੋ ਜੂ ਨਵੇਂ ਸ਼ਹਿਰ ਵਾਲੀ ਸਾਈਡ ਆ ਮੰਗੂਪੁਰ ਅਤੇ ਉਸ ਤੋਂ ਬਾਅਦ ਆਪਣਾ ਮੈਚ ਹੈਗਾ ਜੀ 10 ਅਕਤੂਬਰ ਨੂੰ ਇਹ ਆਪਣਾ ਮੈਚ ਆਪਣੇ ਏਰੀਏ ਦਾ ਮੈਚ ਆ ਪੱਟੀ ਅਤੇ ਘਰਿਆਲੇ ਦੀ ਟੀਮ ਦੇ ਨਾਲ ਮੈਚ ਆ ਜੀ ਆਪਣਾ ਇਹ ਮੱਖੀ ਹੋਣਾ ਦੀ ਟੀਮ ਦੇ ਨਾਲ ਪੱਟੀ ਸ਼ਹਿਰ ਲਾਹੌਰੀ ਇਹ ਵੱਜਦੇ ਇਸ ਤੋਂ ਪਹਿਲਾਂ ਪੱਟੀ ਸ਼ਹਿਰ ਅਤੇ ਫਿਰ ਆਪਣਾ ਮੈਚ ਹੁੰਦਾ ਜੀ 10 ਅਕਤੂਬਰ ਨੂੰ ਪੱਟੀ ਆ ਉਸ ਤੋਂ ਬਾਅਦ ਮੈਚ ਆਪਣਾ ਫਿਰ ਥੋੜ੍ਹੇ ਦਿਨਾਂ ਦੇ 1 ਵੀਕ ਦੇ ਵਿੱਚ ਰੈਸਟ ਆ ਫਿਰ ਆਪਣਾ ਮੈਚ ਆਪਾਂ ਜਾ ਰਹੇ ਹਾਂ ਜੀ ਜਿਹੜੇ ਮੇਰੇ ਵੀਰ ਬੜੇ ਮੈਸੇਜ ਆਉਂਦੇ ਲੋਕਾਂ ਦੇ ਵੀ ਮਾਨਸਾ ਏਰੀਏ 'ਚ ਖੇਡਣ ਲਓ ਅਤੇ ਮਾਨਸਾ ਏਰੀਏ 'ਚ ਜਾ ਰਹੇ ਹਾਂ ਆਪਾਂ 17 ਅਕਤੂਬਰ ਨੂੰ ਸਿੱਧੂ ਮੂਸੇਵਾਲੇ ਦੇ ਏਰੀਏ 'ਚ ਮੈਚ ਖੇਡ ਜਾਂਦੇ ਹਾਂ ਆਪਾਂ ਅਤੇ ਉੱਥੇ ਵੀ ਕਲੱਬਾਂ ਦੇ ਮੈਚ ਆ ਉਸ ਤੋਂ ਬਾਅਦ ਫਿਰ ਜੇ ਗੈਪ ਆ ਹਾਂਜੀ ਅਤੇ ਇੱਕ ਮੈਚ ਆਪਣਾ ਹੈਗਾ ਜੀ 29 ਅਕਤੂਬਰ ਨੂੰ ਆਪਣੇ ਲਾਗੇ ਕਿਰਪਾਲ ਸਾਹਿਬ ਜਿੱਥੋਂ ਦੇ ਹੋਏ ਆ ਬਹੁਤ ਤਕੜੇ ਪਲੇਅਰ ਰਾਜ ਚਾਲ ਕਿਰਪਾਲ ਸਾਹਿਬ ਦਾ ਗੁੱਟ ਦਾ ਪੀਰ ਜਿਹਨੂੰ ਕਿਹਾ ਗਿਆ ਆ ਅਤੇ ਰਿਸਪੈਕਟਫੁਲ ਲੈਜੈਂਡ ਪਲੇਅਰ ਸੀ ਅਤੇ ਉਹਨਾਂ ਦੇ ਪਿੰਡ ਮੈਚ ਆ ਜੀ ਰਾਜ ਚਾਲ ਇੱਕ ਬਹੁਤ ਵੱਡਾ ਸ਼ੋਅ ਮੈਚ ਹੋਣਾ ਆਪਾਂ ਖੇਡ ਰਹੇ ਹਾਂ ਇੱਥੇ ਅਤੇ ਬਾਕੀ ਇਹ ਜਿਹੜੀ ਅਕਤੂਬਰ ਦੀ ਲਿਸਟ ਆ ਇਹ ਆਪਾਂ ਤੁਹਾਡੇ ਨਾਲ ਦੁਬਾਰਾ ਸ਼ੇਅਰ ਕਰਾਂਗੇ ਕਿਉਂਕਿ ਮੈਚ ਫਿਰ ਵਿੱਚ ਹੋਰ ਆ ਜਾਣੇ ਆ ਅਤੇ ਆਪਾਂ ਤੁਹਾਡਾ ਵੈਸੇ ਦੱਸਤਾ ਤੁਹਾਨੂੰ ਜਿਹੜੇ ਆਪਣੇ 2-3 ਮੈਚ ਹੈਗੇ ਸੀ ਉਹ ਆਪਾਂ ਤੁਹਾਡਾ ਸਤੰਬਰ ਦੇ ਮੈਚ ਦੱਸੇ ਆ ਅਤੇ 1-2 ਮੈਚ ਹੋਰ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਉੱਦਾਂ ਅਕਤੂਬਰ ਮਹੀਨੇ ਦੀ ਆਪਾਂ ਲਿਸਟ ਫਿਰ ਦੁਬਾਰਾ ਅਪਲੋਡ ਕਰਾਂਗੇ ਤੁਹਾਨੂੰ ਦੱਸਾਂਗੇ ਮੈਚ ਸਾਰੇ ਇੱਕ ਮੈਚ ਹੈਗਾ ਜੀ ਆਪਣਾ ਇਹ ਵੀ ਮੈਚ ਬੜਾ ਤਕੜਾ ਹੋਣਾ ਆਪਣਾ 3 ਨਵੰਬਰ ਨੂੰ ਬ੍ਰਹਮਪੁਰ ਆਪਣੇ ਏਰੀਏ ਦੀਆਂ ਕਾਫੀ ਮੈਚ ਦੀਆਂ ਆਪਣੇ ਕੋਲ ਸਾਈਆਂ ਆਈਆਂ ਵਾ
ਆਪਣੇ ਲਾਗੇ ਬ੍ਰਹਮਪੁਰਾ ਤੁਹਾਨੂੰ ਪਤਾ ਹੀ ਆ ਚੋਲੇ ਤੋਂ ਹੈਗਾ 4-5 ਕਿਲੋਮੀਟਰ ਅਤੇ ਉੱਥੇ ਵੀ ਆਪਣਾ ਸ਼ੂਅ ਮੈਚ ਆ ਜੀ ਮੱਖੀ ਹੋਣਾਂ ਦੇ ਨਾਲ ਘਰਿਆਲ ਦੀ ਟੀਮ ਦੇ ਨਾਲ ਇਹ ਵੀ ਮੈਚ ਬੜਾ ਵੱਡਾ ਆ ਅਤੇ ਇਸ ਤੋਂ ਬਾਅਦ ਮੈਚ ਇੱਕ ਆਪਣਾ ਹੈਗਾ ਜੀ ਆਲ ਓਪਨ ਦਾ ਮੈਚ ਆ 21 ਨਵੰਬਰ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਨੱਥੂ ਚੱਕ ਇੱਥੇ ਬਹੁਤ ਵਧੀਆ ਕੰਮ ਕਰ ਰਿਹਾ ਹੈ ਮੇਰੇ ਭਰਾ ਰਿਸਪੈਕਟਫੁਲ ਪਰਸਨ ਆ ਲਾਲੀ ਨੱਥੂ ਚੱਕ ਵੀਰ ਮੇਰਾ ਉਹ ਕਰਾ ਰਿਹਾ ਮੈਚ ਉਹਦੇ ਵਿੱਚ 8 ਆਲ ਓਪਨ ਟੀਮਾਂ ਦੇ ਮੈਚ ਆ ਅਤੇ 8 ਟੀਮਾਂ ਜਿਹੜੀਆਂ ਮਾਝੇ ਦੀਆਂ ਖੇਡਣੀਆਂ ਵਾ ਅਤੇ ਉਹਨਾਂ ਕੀਤਾ ਵੀ ਸਾਰੇ ਮਾਝੇ ਦੇ ਪਲੇਅਰ ਹੀ ਖੇਡਣਗੇ ਉਹ ਟੂਰਨਾਮੈਂਟ ਦੇ ਵਿੱਚ ਅਤੇ ਉੱਥੇ ਜਿਹੜਾ ਬੈਸਟ ਨੂੰ ਪਿੱਛੇ ਟਰੈਕਟਰ ਦਿੱਤੇ ਗਏ ਸੀ ਆਰਕਿਊ ਸ਼ਾਇਦ ਹੁੰਦੇ ਜਾਂ ਟਰੈਕਟਰ ਜਾਂ ਕੋਈ ਹੋਰ ਵੱਡਾ ਪ੍ਰਾਈਜ਼ ਰੱਖਾਂਗੇ ਅਤੇ ਪਲੇਅਰ ਇਕੱਲੇ ਮਾਝੇ ਦੇ ਖੇਡਣਗੇ ਮਾਝੇ ਦੇ ਪਲੇਅਰਾਂ ਨੂੰ ਪਹਿਲ ਹੋਊਗੀ ਅਤੇ ਨਵੇਂ ਪਲੇਅਰ ਅਤੇ ਕੁਛ ਪੁਰਾਣੇ ਇਕੱਲੇ ਮਾਝੇ ਦੇ ਪਲੇਅਰ ਖੇਡਣਗੇ ਨਾ ਦੁਆਬੇ ਦੇ ਨਾ ਮਾਲਵੇ ਦੇ ਬਸ ਇੰਨੇ ਆਪਣੇ ਕੋਲ ਮੈਚ ਆ ਅਤੇ ਬਾਕੀ ਸਤੰਬਰ ਦੇ ਤੁਹਾਨੂੰ ਮੈਚ ਆਪਾਂ ਦੱਸਦੇ ਹਾਂ ਸਾਰੇ ਅਤੇ ਅਕਤੂਬਰ ਨਵੰਬਰ ਦੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਦੁਬਾਰਾ ਲਿਸਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਤੇ ਬਾਕੀ ਸਾਰੇ ਮੈਚਾਂ 'ਤੇ ਜ਼ਰੂਰ ਪਹੁੰਚਿਓ ਇਸੇ ਤਰ੍ਹਾਂ ਹੌਸਲਾ ਅਫਜ਼ਾਈ ਕਰਦੇ ਰਿਹਾ ਕਰੋ ਸਾਥ ਦਿਆ ਕਰੋ ਤੁਹਾਡੇ ਪਿਆਰ ਨਾਲ ਹੀ ਆਪਾਂ ਇੱਥੋਂ ਤੱਕ ਪਹੁੰਚੇ ਹਾਂ ਅਤੇ ਖੇਡ ਰਹੇ ਹਾਂ ਤੁਹਾਡੇ ਪਿਆਰ ਦੇ ਨਾਲ ਹੀ ਖੇਡ ਰਹੇ ਹਾਂ ਅਤੇ ਬਾਕੀ ਮਿਲਦੇ ਹਾਂ ਆਪਾਂ ਫਿਰ ਅਗਲੀ ਵੀਡੀਓ ਦੇ ਵਿੱਚ।